ਹਾਂਜੀ ਕਿਵੇਂ ਹੋ ਫਿਰ ਚੈਨਲ ਪਰ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੇਕਰ ਤੁਸੀਂ ਵੀ ਆਪਣੇ ਚੈਨਲ ਦੇ ਉੱਪਰ ਪਾਉਣਾ ਚਾਹੁੰਦੇ ਹੋ ਆਪਣੇ ਕਿਸੇ ਵੀ ਵਹੀਕਲ ਦੀ ਐਡ ਤਾਂ ਆਪਣਾ ਹੈਲਪਲਾਈਨ ਨੰਬਰ ਜ਼ਰੂਰ ਨੋਟ ਕਰ ਲਿਓ ਸਕਰੀਨ ਦੇ ਉੱਪਰ ਲਾਲ ਅੱਖਰਾਂ ਵਿੱਚ 1007814478712 ਤੁਸੀਂ ਆਪਣੇ ਵਹੀਕਲ ਦੀਆਂ 5 ਤੋਂ 7 ਤਸਵੀਰਾਂ ਇਸ ਨੰਬਰ ਤੇ ਵਟਸਐਪ ਕਰਕੇ ਆਪਣੀ ਵਹੀਕਲ ਦੀ ਐਡ ਸਿਰਫ ਇੱਕ ਦਿਨ ਵਿੱਚ ਆਪਣੇ ਚੈਨਲ ਤੇ ਲਵਾ ਸਕਦੇ ਹੋ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਇੱਕ ਦਿਨ ਵਿੱਚ ਤੁਹਾਡੀ ਵਹੀਕਲ ਦੀ ਐਡ ਆਪਣੇ ਚੈਨਲ ਤੇ ਲੱਗ ਜਾਏਗੀ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਆਏ ਹੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਗੇ ਆਪਣੇ YouTube ਚੈਨਲ ਦੇ ਉੱਪਰ ਜਿਹੜੇ ਵੀ ਚੈਨਲ ਤੇ ਨਵੇਂ ਆਏ ਆ ਹੱਥ ਜੋੜ ਕੇ ਬੇਨਤੀ ਉਹਨਾਂ ਵੀਰਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨੀਚੇ ਦਿਖ ਰਿਹਾ ਲਾਲ ਬਟਨ ਦਬਾ ਕੇ ਇਹ ਬਲਕਾਰ 654 ਕੰਬਾਈਨ ਪਕਾਉ ਹੈ ਜੀ ਇਹ 3 ਲੱਖ ਰੁਪਈਆ ਸਸਤੀ ਆ ਪਹਿਲੀਆਂ ਜੀ ਦੱਸ ਦੀਆਂ ਮੇਰੇ ਚੈਨਲ ਦੇ ਅਕੋਰਡਿੰਗ ਜਿਹੜੀ ਮੇਰੀ ਮੰਨਣਾ ਵੀ 2011 ਮਾਡਲ ਆ ਤੇ ਉਸ ਦੇ ਹਿਸਾਬ ਨਾਲ 3 ਲੱਖ ਸਸਤੀ ਆ ਵੀ ਜਿਹੜਾ ਰੇਟ ਆ ਮਾਡਲ ਦੇ ਹਿਸਾਬ ਨਾਲ 3 ਲੱਖ ਸਸਤਾ ਠੀਕ ਆ ਬਾਕੀ ਤੁਸੀਂ ਆ ਉਹਦਾ ਮੰਨਣਾ ਜਿਹੜਾ ਕੋਸ ਮਨ ਸਕਦੇ ਹੋ ਬਾਕੀ ਆਪਣਾ ਤੁਹਾਨੂੰ ਪਤਾ ਹੀ ਆ ਕਿਵੇਂ ਲਿਖਦੇ ਹੁੰਦੇ ਆ ਇਹ ਬਲਕਾਰ 654 ਕਮੈਨਾ 2011 ਮਾਡਲ ਆ ਤੇ ਇਹ ਕੰਬਾਈਨ ਪਹਿਲੀਆਂ ਜੀ ਦੱਸ ਦਈਏ ਵੀ ਜਿਹੜਾ ਵੀ ਲੈਣਾ ਚਾਹਣਾ ਕਾਨਪੁਰ ਚ ਖੜੀ ਆ ਦਹਿਤ ਸਕੰਦਰ ਸਕੰਦਰ ਏਰੀਆ ਉਰੀਆ ਬਾ ਉਥੇ ਤੇ ਜਿਹੜੇ ਵੀਰ ਕੋਲ ਖੜੀ ਆ ਉਹਦਾ ਨਾਮ ਆ ਅਨੁਰੰਗ ਠਾਕੁਰ ਅਨੁਰੂਗ ਠਾਕੁਰ ਠੀਕ ਆ ਕੰਬੈਨ ਦੇ ਵਿੱਚ ਇੰਜਨ ਜਿਹੜਾ ਡਿਸਪੋਜ਼ਲ 02 ਆ ਪੇਟੀਬੰਦ ਇੰਜਨ ਦਾ ਬਿਲਕੁਲ ਓਕੇ ਕੋਕਾ ਵੀਸ ਕੰਬੈਨ ਆ ਤੇ ਨੰਬਰ ਆ ਜਿਹੜਾ ਪੰਜਾਬ ਦਾ ਪਹਿਲੀਆਂ ਹੀ ਦੱਸ ਦਈਏ ਨੰਬਰ ਪੰਜਾਬ ਦਾ ਕੰਬੈਨ ਕਾਣਪੁਰ ਚ ਖੜੀ ਆ ਏ ਟੂ ਜ਼ेड ਓਕੇ ਕੰਪਲੀਟ ਕੰਬੈਨ ਆ ਪੇਟੀਬੰਦ ਇੰਜਨ ਡਿਸਪੋਜ਼ਲ 02 ਪੇਂਟ ਹੋਈ ਵੀ ਕੰਬੈਨ ਆ ਜਿਹੜਾ ਪ੍ਰਾਈਜ਼ ਰੱਖਿਆ ਗਿਆ 8 ਲੱਖ ਰੁਪਈਆ ਬਾਕੀ ਮੌਕੇ ਤੇ ਲੈ ਸੋਝੂ ਖਰੀਦਣ ਲਈ ਆ ਜਿਹੜੇ ਮਾਲਕ ਇਹਨਾਂ ਦੇ ਕੰਟੈਕਟ ਨੰਬਰ ਤੁਹਾਨੂੰ ਪੀਲੇ ਅੱਖਰਾਂ ਵਿੱਚ ਸਕਰੀਨ ਤੇ ਸੋ ਹੁੰਦੇ ਮਿਲ ਜਾਣਗੇ ਇਹਨਾਂ ਨੰਬਰਾਂ ਤੇ ਗੱਲਬਾਤ ਕਰਕੇ ਤੁਸੀਂ ਕੰਬੈਨ ਦੀ ਖਰੀਦ ਕਰ